ਸਤਿ ਸ਼੍ਰੀ ਅਕਾਲ ਪੰਜਾਬ ਭਾਰਤ ਤੇ ਅਮਰੀਕਾ ਦੀਆਂ ਇੰਗਲਿਸ਼ ਪੰਜਾਬੀ ਅਤੇ ਗੁਜਰਾਤੀ ਦੀਆਂ ਖਬਰਾਂ ਦੇ ਇੱਕਮਾਤਰ ਪੋਰਟਲ ਇੰਡੀਅਨ ਟਾਈਮਸ ਡੇਲੀ .com ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਇਹਦੇ ਵਿੱਚ ਤੁਹਾਨੂੰ ਸਾਪਿਤ ਕਾਰੋਬਾਰਾਂ ਅਤੇ ਸਾਧਨਾਂ ਦੀ ਜਾਣਕਾਰੀ ਵੀ ਮਿਲੇਗੀ। ਮੇਰਾ ਨਾਮ ਗੌਰੀ ਸਿੰਘ ਹੈ ਤੇ ਅੱਜ ਦੀਆਂ ਮੁੱਖ ਖਬਰਾਂ ਨੇ। ਪੰਜਾਬ ਵਿੱਚ ਰਾਜ ਨੂੰ ਕ੍ਰਿਸ਼ੀ ਕਰਮਨ ਅਵਾਰਡ ਮਿਲਿਆ ਅਤੇ ਸਿੱਧੂ ਨੇ ਸਾਬਕਾ PM ਮਨਮੋਹਨ ਸਿੰਘ ਉੱਪਰ ਲਗਾਏ ਪਿਛਲੇ ਸਾਰੇ ਇਲਜ਼ਾਮਾਂ ਦੇ ਲਈ ਜਨਤਕ ਰੂਪ ਤੋਂ ਮਾਫੀ ਮੰਗੀ। ਭਾਰਤ ਵਿੱਚ ਕਾਂਗਰਸ ਪ੍ਰੈਜ਼ੀਡੈਂਟ ਰਾਹੁਲ ਗਾਂਧੀ PM ਨਰਿੰਦਰ ਮੋਦੀ ਬਾਰੇ ਗੁੱਸੇ ਵਿੱਚ ਬੋਲੇ ਅਤੇ ਭਾਰਤ ਨਿਧਾਸ ਟਰਾਫੀ ਟਾਈਟਲ ਜਿੱਤ ਗਿਆ ਹੈ। ਅਮਰੀਕਾ ਵਿੱਚ ਪਾਕਿਸਤਾਨ ਨੂੰ ਅੱਤਵਾਦੀ ਸਮੂਹਾਂ ਦੇ ਖਿਲਾਫ ਕਾਰਵਾਈ ਕਰਨ ਦੀ ਬੇਨਤੀ ਕੀਤੀ ਗਈ ਹੈ ਅਤੇ ਭਾਰਤ ਅਮਰੀਕਾ ਦੇ 2+2 ਡਾਇਲੋਗ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ। ਸਾਡੇ ਨਾਲ ਜੁੜੇ ਰਹੋ ਦੋਸਤੋ, ਅਸੀਂ ਪੰਜਾਬ ਭਾਰਤ ਤੇ ਅਮਰੀਕਾ ਦੀਆਂ ਮਹੱਤਵਪੂਰਨ ਖਬਰਾਂ ਦੇ ਨਾਲ ਜਲਦੀ ਵਾਪਸ ਆਵਾਂਗੇ। ਇੰਡੀਅਨ ਟਾਈਮਸ ਡੇਲੀ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਪੰਜਾਬ ਦੀਆਂ 10 ਮੁੱਖ ਖਬਰਾਂ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਦੇ ਸਭ ਤੋਂ ਵਧੀਆ ਅਨਾਜ ਦੀ ਪੈਦਾਵਾਰ ਲਈ ਪੰਜਾਬ ਨੂੰ ਕ੍ਰਿਸ਼ੀ ਕਰਮਨ ਅਵਾਰਡ 2015-16 ਦਿੱਤਾ ਹੈ। ਪੰਜਾਬ ਦੇ ਰੂਰਲ ਮਿਨਿਸਟਰ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੂੰ ਇਸ ਦੇ ਲਈ 2 ਕਰੋੜ ਰੁਪਏ ਨਗਦ ਦਿੱਤੇ ਹਨ। ਕਾਂਗਰਸ ਲੀਡਰ ਨਵਜੋਤ ਸਿੰਘ ਸਿੱਧੂ ਨੇ ਜਨਤਕ ਰੂਪ ਤੋਂ ਸਾਬਕਾ PM ਮਨਮੋਹਨ ਸਿੰਘ ਤੇ ਲਾਏ ਗਏ ਪਿਛਲੇ ਸਾਰੇ ਇਲਜ਼ਾਮਾਂ ਦੇ ਲਈ ਮਾਫੀ ਮੰਗੀ ਹੈ। ਉਹਨਾਂ ਨੇ ਉਹਨਾਂ ਨੂੰ ਇੱਕ ਸਿੱਖ ਕਿਹਾ ਅਤੇ ਅਸਰਦਾਰ ਕਿਹਾ ਹੈ। ਉਹਨਾਂ ਨੇ ਇਹ ਵੀ ਕਿਹਾ ਕਿ ਜੋ ਕੰਮ ਸਾਬਕਾ PM ਨੇ ਸ਼ਾਂਤ ਰਹਿ ਕੇ ਕਰ ਦਿੱਤਾ ਉਹੀ ਕੰਮ BJP ਇੰਨਾ ਰੋਲਾ ਪਾ ਕੇ ਵੀ ਨਹੀਂ ਕਰ ਸਕੀ। CM ਅਮਰਿੰਦਰ ਸਿੰਘ ਨੇ ਆਪਣੇ ਦਿੱਲੀ ਦੇ ਹਮ ਰੁਤਬਾ ਅਰਵਿੰਦ ਕੇਜਰੀਵਾਲ ਨੂੰ ਇੱਕ ਵਿਰੋਧੀ ਕਿਹਾ ਹੈ ਕਿਉਂਕਿ ਉਹਨਾਂ ਨੇ SAD ਨੇਤਾ ਬਿਕਰਮ ਸਿੰਘ ਮਜੀਠੀਆ ਉੱਪਰ ਲਗਾਏ ਨਸ਼ਿਆਂ ਦੇ ਵਪਾਰ ਦੇ ਇਲਜ਼ਾਮ ਲਈ ਮਾਫੀ ਮੰਗੀ ਹੈ। ਉਹਨਾਂ ਨੇ ਕਿਹਾ ਕਿ ਕੇਜਰੀਵਾਲ 2019 ਦੇ ਚੋਣਾਵਾਂ ਤੋਂ ਪਹਿਲੇ ਉਹਨਾਂ ਦੇ ਖਿਲਾਫ ਮਾਨਹਾਨੀ ਦੇ ਮਾਮਲਿਆਂ ਨੂੰ ਘੱਟ ਕਰਨ ਦੇ ਲਈ ਇਹ ਕੋਸ਼ਿਸ਼ਾਂ ਕਰ ਰਹੇ ਹਨ। SAD ਪ੍ਰੈਜ਼ੀਡੈਂਟ ਸੁਖਬੀਰ ਸਿੰਘ ਬਾਦਲ, ਸਾਬਕਾ ਆਰਮੀ ਚੀਫ ਜਨਰਲ ਰਿਟਾਇਰਡ JJ ਸਿੰਘ ਨਾਲ ਸਾਬਕਾ ਸਰਵਿਸਮੈਨ ਵਿੰਗ ਦੇ ਲਈ ਪਹਿਲੀ ਲਿਸਟ ਦਾ ਐਲਾਨ ਕਰ ਦਿੱਤਾ ਹੈ। ਇੱਕ ਸਾਬਕਾ ਸੈਨਿਕ ਨੂੰ ਇਸ ਵਿੱਚ ਜ਼ਰੂਰੀ ਭੂਮਿਕਾ ਦਿੱਤੀ ਗਈ ਹੈ ਜੋ ਬਿਨਾਂ ਥੱਕੇ SAD ਦੇ ਨਾਲ ਬਹੁਤ ਲੰਬੇ ਸਮੇਂ ਤੋਂ ਕੰਮ ਕਰ ਰਿਹਾ ਹੈ। ਸਾਬਕਾ ਪੰਜਾਬ CM ਬੇਅੰਤ ਸਿੰਘ ਦੀ ਮੌਤ ਦੇ ਜ਼ਿੰਮੇਦਾਰ ਜਗਤਾਰ ਸਿੰਘ ਤਾਰਾ ਨੂੰ ਪ੍ਰੋ ਖਾਲਿਸਤਾਨ ਸਿੱਖ ਆਰਗੇਨਾਈਜੇਸ਼ਨ ਦਲ ਖਾਲਸਾ ਨੇ ਆਜ਼ਾਦੀ ਘੁਲਾਟੀਆ ਕਿਹਾ ਹੈ। ਤਾਰਾ ਨੂੰ ਇਸ ਮਾਮਲੇ ਵਿੱਚ 1995 ਵਿੱਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ। ਰਾਜ ਸਭਾ MP ਪ੍ਰਤਾਪ ਬਾਜਵਾ ਨੇ ਬੇਨਤੀ ਕੀਤੀ ਹੈ ਕਿ ਸਾਬਕਾ SAD ਮਿਨਿਸਟਰ ਬਿਕਰਮ ਸਿੰਘ ਮਜੀਠੀਆ ਦੇ ਨਸ਼ਿਆਂ ਦੇ ਵਪਾਰ ਵਿੱਚ ਸ਼ਾਮਲ ਹੋਣ ਦੇ ਖਿਲਾਫ ਰਾਜ ਨੂੰ ਕੋਈ ਕਦਮ ਚੁੱਕਣਾ ਚਾਹੀਦਾ ਹੈ। ਇਸ ਤੋਂ ਪਹਿਲੇ ਮਿਨਿਸਟਰ ਨਵਜੋਤ ਸਿੰਘ ਸਿੱਧੂ ਨੇ ਇਹੀ ਦਾਅਵਾ ਕੀਤਾ ਸੀ ਕਿ STF ਕੋਲ ਮਜੀਠੀਆ ਦੇ ਖਿਲਾਫ ਸਬੂਤ ਹਨ। ਰਾਜ ਨੇ ਵੱਖ ਵੱਖ ਭਲਾਈ ਸਕੀਮਾਂ ਦੇ ਤਹਿਤ 690.96 ਕਰੋੜ ਰੁਪਏ ਦੀ ਗ੍ਰਾਂਟ ਜਾਰੀ ਕੀਤੀ ਹੈ। CM ਅਮਰਿੰਦਰ ਸਿੰਘ ਨੇ ਸਾਰੇ ਵਿਭਾਗਾਂ ਨੂੰ ਵਿਹਾਰਿਕ ਵਿੱਤੀ ਪ੍ਰਬੰਧਨ ਨੂੰ ਭਲਾਈ ਸਕੀਮਾਂ ਬਣਾਉਣ ਦੇ ਲਈ ਤਿਆਰ ਰਹਿਣ ਨੂੰ ਕਿਹਾ ਹੈ। ਉਹਨਾਂ ਦਾ ਇਹ ਮੰਨਣਾ ਹੈ ਕਿ ਪੰਜਾਬ ਦੇ ਲੋਕਾਂ ਨੂੰ 10 ਸਾਲਾਂ ਲਈ SAD BJP ਸ਼ਾਸਨ ਦੇ ਤਹਿਤ ਨੁਕਸਾਨ ਹੋਇਆ ਸੀ। ਅਦਾਲਤ ਨੇ 21 ਅਪ੍ਰੈਲ ਤੱਕ CM ਅਮਰਿੰਦਰ ਸਿੰਘ ਦੇ ਖਿਲਾਫ ਦਰਜ IT ਮਾਮਲੇ ਵਿੱਚ ਕਾਰਵਾਈ ਤੇ ਲੱਗੀ ਰੋਕ ਨੂੰ ਵਧਾ ਦਿੱਤਾ ਹੈ। ਉਹਨਾਂ ਤੇ ਗਲਤ ਬਿਆਨ ਦੇਣ ਦਾ ਇਲਜ਼ਾਮ ਸੀ। ਅੱਧੀ ਜਾਣਕਾਰੀ ਮੁਹੱਈਆ ਕਰਨ ਅਤੇ IT ਅਧਿਕਾਰੀਆਂ ਨੂੰ ਉਹਨਾਂ ਦੇ ਫਰਜ਼ਾਂ ਦਾ ਪਾਲਣ ਕਰਨ ਵਿੱਚ ਰੋਕ ਦਿੱਤਾ ਗਿਆ ਸੀ। ਰਾਜ ਨੇ ਕਣਕ ਦੀ ਖਰੀਦ ਦੇ ਲਈ RBI ਤੋਂ 21,150 ਕਰੋੜ ਰੁਪਏ ਦੀ ਨਕਦ ਕ੍ਰੈਡਿਟ ਸੀਮਾ ਦੀ ਮੰਗ ਕੀਤੀ ਹੈ। ਕਣਕ ਲਈ MSP 1,735 ਰੁਪਏ ਹਰ ਕੁਇੰਟਲ ਤੇ ਤੈਅ ਕੀਤਾ ਗਿਆ, ਜਿਸ ਦੀ ਕੀਮਤ ਪਿਛਲੇ ਸਾਲ ਦੀ ਤੁਲਨਾ ਵਿੱਚ 110 ਰੁਪਏ ਹਰ ਕੁਇੰਟਲ ਤੋਂ ਵੱਧ ਗਈ ਹੈ। ਰਾਜ ਇਸ ਫਸਲ ਦੇ ਮੌਸਮ ਵਿੱਚ ਕੁਝ 125 ਲੱਖ ਟਨ ਕਣਕ ਖਰੀਦਣ ਦੀ ਯੋਜਨਾ ਬਣਾ ਰਹੀ ਹੈ। ਚੰਡੀਗੜ੍ਹ ਹਵਾਈ ਅੱਡੇ ਦੇ ਮੁਰੰਮਤ ਦੇ ਕੰਮ ਦੇ ਚੱਲਦੇ ਕਿੰਗਜ਼ 11 ਪੰਜਾਬ ਦੇ ਅਖੀਰ ਦੇ 4 ਘਰੇਲੂ ਮੈਚ ਇੰਦੌਰ ਵਿੱਚ ਖੇਡੇ ਜਾਣਗੇ। IPL ਗਵਰਨਿੰਗ ਕਾਉਂਸਲ ਨੇ ਟੀਮ ਮੈਨੇਜਮੈਂਟ ਦੀ ਬੇਨਤੀ ਤੋਂ ਬਾਅਦ ਜਗ੍ਹਾ ਦੀ ਬਦਲੀ ਕੀਤੀ। ਸਾਡੇ ਨਾਲ ਜੁੜੇ ਰਹੋ ਦੋਸਤੋ, ਅਸੀਂ ਭਾਰਤ ਅਤੇ ਅਮਰੀਕਾ ਦੀਆਂ ਮਹੱਤਵਪੂਰਨ ਖਬਰਾਂ ਦੇ ਨਾਲ ਜਲਦੀ ਵਾਪਸ ਆਵਾਂਗੇ। ਇੰਡੀਅਨ ਟਾਈਮਸ ਡੇਲੀ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਭਾਰਤ ਦੀਆਂ 10 ਮੁੱਖ ਖਬਰਾਂ ਹਨ। ਕਾਂਗਰਸ ਪ੍ਰੈਜ਼ੀਡੈਂਟ ਰਾਹੁਲ ਗਾਂਧੀ ਨੇ ਭ੍ਰਿਸ਼ਟਾਚਾਰ ਦੇ ਬਾਰੇ ਵਿੱਚ PM ਨਰਿੰਦਰ ਮੋਦੀ ਉੱਪਰ ਹੱਲਾ ਬੋਲਿਆ ਅਤੇ ਕਿਹਾ ਕਿ ਮੋਦੀ ਦਾ ਨਾਮ ਭ੍ਰਿਸ਼ਟ ਵਪਾਰੀਆਂ ਅਤੇ ਪ੍ਰਧਾਨ ਮੰਤਰੀ ਵਿੱਚ ਮਿਲੀ ਭੁਗਤ ਦਾ ਪ੍ਰਤੀਕ ਹੈ। 2019 ਲੋਕ ਸਭਾ ਚੋਣਾਵਾਂ ਵਿੱਚ ਉਹਨਾਂ ਨੇ ਭਾਜਪਾ ਦੀ ਤੁਲਨਾ ਸੱਤਾ ਦੇ ਭੁੱਖੇ ਕੌਰਵਾਂ ਅਤੇ ਆਪਣੀ ਪਾਰਟੀ ਦੀ ਸੱਚੇ ਪਾਂਡਵਾਂ ਨਾਲ ਕੀਤੀ ਹੈ। ਭਾਰਤੀ ਵਿਕਟਕੀਪਰ ਬੱਲੇਬਾਜ਼ ਦਿਨੇਸ਼ ਕਾਰਤਿਕ ਨੇ ਆਖਰੀ ਗੇਂਦ ਉੱਪਰ ਛੱਕਾ ਮਾਰ ਕੇ ਬੰਗਲਾਦੇਸ਼ ਨੂੰ 4 ਵਿਕਟਾਂ ਨਾਲ ਹਰਾ ਦਿੱਤਾ ਅਤੇ ਨਿਧਾਸ T20 ਟ੍ਰਾਈ ਸੀਰੀਜ਼ ਨੂੰ ਵੀ ਜਿੱਤ ਲਿਆ ਹੈ। ਹਾਲਾਂਕਿ ਰੋਹਿਤ ਸ਼ਰਮਾ ਨੇ ਅਰਧ ਸ਼ਤਕ ਲਗਾਇਆ ਪਰ ਕਾਰਤਿਕ ਨੇ ਸਿਰਫ 8 ਗੇਂਦਾਂ ਵਿੱਚ 29 ਰਨਾਂ ਦੀ ਸ਼ਾਨਦਾਰ ਪਾਰੀ ਖੇਡੀ, ਜਿਸ ਦੀ ਵਜ੍ਹਾ ਕਰਕੇ ਭਾਰਤ ਨੇ ਜਿੱਤ ਹਾਸਲ ਕੀਤੀ। ਲੋਕ ਸਭਾ ਨੇ ਇੱਕ ਬਿੱਲ ਪਾਸ ਕੀਤਾ ਹੈ ਜਿਸ ਵਿੱਚ ਰਾਜਨੀਤਿਕ ਦਲਾਂ ਨੇ 1976 ਵਿੱਚ ਵਿਦੇਸ਼ਾਂ ਤੋਂ ਮਿਲੀ ਧਨ ਰਾਸ਼ੀ ਦੀ ਜਾਂਚ ਕਰਨ ਦੀ ਛੂਟ ਦੇ ਦਿੱਤੀ ਹੈ। ਇਸ ਤੋਂ BJP ਅਤੇ ਕਾਂਗਰਸ ਨੂੰ 2014 ਦੀ ਹਾਈ ਕੋਰਟ ਦੇ ਫੈਸਲੇ ਦੇ ਨਤੀਜੇ ਤੋਂ ਬਚਣ ਵਿੱਚ ਮਦਦ ਮਿਲੇਗੀ, ਜਿਸ ਵਿੱਚ ਦੋਨਾਂ ਨੂੰ FCRA ਦਾ ਉਲੰਘਣ ਕਰਨ ਵਿੱਚ ਦੋਸ਼ੀ ਠਹਿਰਾਇਆ ਗਿਆ ਸੀ। ਪਾਕਿਸਤਾਨੀ ਸੈਨਿਕਾਂ ਨੇ ਐਤਵਾਰ ਨੂੰ ਮੋਰਟਾਰ ਬੰਬ ਨਾਲ ਜੰਮੂ ਐਂਡ ਕਸ਼ਮੀਰ ਦੇ ਪੁੰਛ ਜ਼ਿਲ੍ਹੇ ਵਿੱਚ ਸਰਹੱਦੀ ਪਿੰਡਾਂ ਨੂੰ ਨਿਸ਼ਾਨਾ ਬਣਾਇਆ। 5 ਨਾਗਰਿਕਾਂ ਅਤੇ 7 ਹੋਰ ਲੋਕਾਂ ਦੀ ਮੌਤ ਹੋ ਗਈ ਹੈ, ਜਿਨ੍ਹਾਂ ਵਿੱਚ 5 ਸੈਨਿਕ ਵੀ ਸ਼ਾਮਲ ਹਨ।
कांग्रेस नेता ते साबका वित्त मंत्री पी चिदंबरम ने डिमोनिटाइजेशन नू सब तो वड्डा झूठ दस्या ते बीजेपी नू आभासी रूप दे नाल आर्थिकता नू नष्ट करन दा दोष लगाया। उन्होंने आरबीआई उपर एक कह के टिप्पणी की कि वापस मिले डिमोनिटाइजेशन वाले पैसों की कुल राशि का अजे तक खुलासा नहीं किया। नवंबर 2016 में 1,000 रुपए और 500 रुपए की करंसी नू गैर कानूनी ऐलान कर दिया गया सी। तिब्बती अध्यात्मिक आगू दलाई लामा ने कहा है कि मुद्दों नू गलबात करके सुलझाना चाहिए है और भारत नू 21वीं सदी के शांतमई माहौल नू यकीनी बनाने विच अपनी भूमिका निभाने की जरूरत है। हथियारों की दौड़ और परमाणु हथियारों का विरोध करते हुए उन्होंने कहा कि हिंसा विरोधी हिंसा नू जन्म दिंदी है और यह चक्कर बेरोक जारी रहता है। मन्ने पर मन्ने वकील राम जेठमलानी ने लोकसभा चुनावों में पछमी बंगाल की सीएम ममता बैनर्जी की प्रधानगी विच तीसरे मोर्चे के गठन लिए कहा है ताकि वह लोकसभा चुनावों में पीएम नरेंद्र मोदी को काट सकन। उन्होंने कहा है कि कांग्रेस और भाजपा जान बुझ के वखरे वखरे देशों में काले धन की वसूली के प्रति उदासीन सी। पहले जम्मू एंड कश्मीर सरकार ने सरकारी मेडिकल कॉलेज जम्मू विच रजिस्ट्रार डॉक्टर अमित कुमार दी सेवावां नूं खत्म कर दिता। यह उन्होंने फेसबुक पोस्ट करके है जिसने हाल ही SRO 525 का उल्लंघन किया। एक सरकारी कर्मचारी नूं सरकार के खिलाफ सोशल मीडिया से लिखन तो रोकता है। भारतीय क्रिकेट टीम के सबका कप्तान राहुल द्रविड़ ने बेंगलुरु स्थित एक फर्म के खिलाफ शिकायत दर्ज की है। द्रविड़ ने इल्जाम लगाया कि उन्होंने 2014 में कंपनी में 20 करोड़ रुपए निवेश किए सन जिसने वादा किया कि उस तो उन्होंने ज्यादा रिटर्न्स मिलेंगे, पर हुण तक उन्होंने मुख निवेश के नाल मेल करने के लिए 4 करोड़ रुपए वापस नहीं मिले हैं। साकेत चौधरी की बनाई हुई हिंदी मीडियम चाइना में रिलीज होने लिए तैयार है, जिथे बॉलीवुड सुपरस्टार आमिर खान के फैंस की गिनती उन्होंने फिल्म दंगल की सफलता तो बाद दुगनी हो गई सी। निर्देशक का मानना है कि हर कोई हिंदी सिनेमा नू नवे दर्शकों में लियाउण की पहल और दूरदर्शिता विखाउण दे लई आमिर का कर्जदार है। साढ़े नाल जुड़े हो दोस्तों, असीं अमरीका दीआं महत्वपूर्ण खबरां दे नाल जल्दी वापस आवांगे। इंडियन टाइम्स डेली .com ते तुहाडा सारिआं दा फेर तो स्वागत है। अमरीका दीआं 10 मुख खबरां हन। पाकिस्तान नू तालिबान अते होर अतवादी संगठनां दे खिलाफ कार्रवाई करन दे लई कहा गया है। US ने पाकिस्तान नू इक तरफा हल दे बारे विच चेतावनी दे दित्ती है जे वह अपने देश की सरहद तो हमलों नू रोकण विच नाकाम रहा। भारत अते अमरीका दे विच पहले 2+2 डायलॉग नू अगे टाल दिता गया है। राज दे नवें सकत्तर दे रूप विच माइक पोंपियो दी पुष्टि विच अनिश्चितता दे बाद ए फैसला लिता गया। पिछले साल अमरीका दी पीएम मोदी दी यात्रा दे दौरान इस डायलॉग दा ऐलान किया गया सी। मुख रिपब्लिकन्स ने राष्ट्रपति डोनाल्ड ट्रंप नू चेतावनी दित्ती है कि विशेष वकील रॉबर्ट मुलर दी जांच विच दखल ना देवे। ट्रंप ने पहले सोशल मीडिया साइट्स उपर मुलर दी निंदा कीती सी। अमेरिकी राष्ट्रपति चुनावों विच रशियन दखल दे दोष बारे मुलर दी जांच कीती जा रही है। राष्ट्रपति डोनाल्ड ट्रंप ने साउथ कोरिया तो सैनिकां नू वापस बुलाउण दी धमकी दित्ती है जे अमरीका नू बेहतर व्यापार समझौता नहीं मिलिया तां। US विच कोरियन सीमा ते 32,000 सैनिक हन जदों कि कोरिया नाल 2016 विच व्यापार घाटा $17 बिलियन सी। राष्ट्रपति डोनाल्ड ट्रंप ने देश दी ओपीओइड महामारी लई नशीलियां दवाइयां दे तस्करां दे लई मौत दी सजा देण वाले कानून दी मांग कीती है। ट्रंप ने अपनी चुनाव मुहिम दे दौरान नशियां दे खतरे नूं तरजीह दे रूप विच लड़न दा वादा कीता सी। जिम कैरी ट्रंप प्रशासन दी अपनी अवहेलना नूं लका नहीं रहा, अक्सर सोशल मीडिया उपर व्हाइट हाउस दी निंदा करदा रहिंदा है। मैन ऑन द मून एक्टर ने कोई भी शक की गुंजाइश नहीं छड़ी कि वह सारा सैंडर्स के बारे में किस तरह महसूस करता है, जिसके बारे में उसने व्हाइट हाउस के प्रेस सकत्तर की एक डरावनी पेंटिंग बना के ट्वीट की। कंजरवेटिव ग्रुप्स ने राष्ट्रपति डोनाल्ड ट्रंप के प्रो हंटिंग काउंसिल पैनल का विरोध किया है। समूह का मानना है कि शिकार वड्डियां प्रजातियां बचाने का जवाब नहीं है। पैनल के मैंबरों ने पहले ही रक्षा करने लिए धन इकट्ठा करने लिए अफ्रीका और सेंट्रल एशिया तो हंटिंग ट्रॉफीज आयात करने के बारे गलबात की सी। कथित डेटा लीक की वजह करके फेसबुक विच सब उथल पुथल हो गया है। रिपोर्टां दे हिसाब दे नाल राष्ट्रपति डोनाल्ड ट्रंप की मुहिम विच फेसबुक दे कुछ 50 मिलियन यूजर्स की जानकारी उस नूं मिली सी। इस मामले विच एक जांच चल रही है। दक्षिणी कैलिफोर्निया विखे एक मॉल विच गोलीबारी की घटना के बाद एक बंदे की मौत हो गई जबकि एक जख्मी हो गया है। अधिकारियों का दावा है कि घटना वापरी है और जनता लई कोई भी खतरा नहीं है। भारतीय मूल के साइंसदान वीरा गुड़े होर सहयोगियों के नाल मिल के लीकी फ्यूल पाइपलाइन का पता लगाने लई एक सेंसर बना रहे हैं। सेंसर रियल टाइम विच गैस लीक का पता लगाने लई बैक्टीरिया की मैटाबॉलिक प्रोसैस का फायदा उठाता है। इसके नाल साडा न्यूज़ बुलेटिन हुण समाप्त हुंदा है, पर तुसीं इंडियन टाइम्स डेली ते लॉकडाउन रहो क्योंकि अगे असीं लैके आ रहे हैं बॉलीवुड दीआं खबरां। इहदे अलावा हुण इस पोर्टल के अकाउंटिंग फर्म्स तों लैके
वेडिंग प्लानर्स तक सारे अमेरिकन बिजनेसिस एंड रिसोर्सिस नूं लभ सकते हैं। इंडियन टाइम्स डेली विच असीं सारे चाहुंदे हां कि तुहाडा अज दा दिन शुभ ते खुशगवार गुजरे। Actress Kirti Kulhari, who shared screen space with Irfan Khan in her upcoming film Blackmail, said that she wanted to blackmail Ranbir Kapoor. During the song launch of Badla, when Kirti asked who would she like to blackmail, then she said, "मैं रणबीर को blackmail करना चाहूँगी कि of course वो मुझे एक मौका दें अपने साथ एक फिल्म करने का। The blackmail team, including Kirti Kulhari, Divya Dutta, and Omi Vaidya, was present at the promotional event where the song Badla was launched. Unfortunately, Irfan Khan was not the part of this promotional event. Blackmail is a black comedy drama film co-produced and directed by Abhinay Deol. T-Series has also collaborated for the movie, which is releasing on April 6. Ace comedian Kapil Sharma, who was in news because of his mid-air fight with Sunil Grover, is back with a bang on the small screen with his new entertaining show Family Time with Kapil. But for this new journey, Kapil didn't consider Sunil Grover. Many fans have been missing the funny banter of Kapil and Sunil on screen, and they were hopeful that Sunil eventually will come on board for Kapil's new show. However, Sunil made the revelation on Twitter while replying to a fan who asked him to return to Kapil's new show. He tweeted, "Bhai, aap jaise kuch aur log bhi mujhse same poochte hain, lekin mujhe is show ke liye koi call nahi aaya. Mera phone number bhi same hai. इंतजार करके अब मैंने कुछ और साइन कर लिया है। आप लोगों की दुआ से एक अच्छे प्रोजेक्ट के साथ जुड़ा हूँ, जल्दी आपके सामने आता हूँ। Going by the tweet, it seems Sunil was keen to join Kapil in his new show, but unfortunately, he didn't get a call from the production house. After a year of embarrassing controversies and incredible setbacks, Kapil already shoot the first episode with Ajay Devgan, who was there to promote Raid. On his Twitter, his comedian thanked Ajay Devgan to visit the show.